ਇਹ ਤਸਵੀਰਾਂ ਗੋਲਬਾਗ ਦੀਆਂ ਨੇ ਜਿੱਥੇ ਸਵੇਰੇ 11:15 ਵਜੇ ਦੇ ਕਰੀਬ ਇੱਕ ਮੁਲਾਜ਼ਮ ਹੋਮਗਾਰਡ ਦਾ ਜਵਾਨ ਸੰਤੋਖਪਾਲ ਸਿੰਘ ਜਿਸਨੇ ਆਪਣੀ ਹੀ ਗਨ ਦੇ ਨਾਲ ਗੋਲੀ ਚਲਾ ਕੇ ਖੁਦਕੁਸ਼ੀ ਕਰ ਲਿੱਤੀ ਹੈ। ਮੌਕੇ ਤੇ ਲੋਕਾਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਮੌਕੇ ਤੇ ਪੁਲਿਸ ਮੁਲਾਜ਼ਮ ਪਹੁੰਚਦੇ ਹਨ। ਇਸ ਮੌਕੇ ਤੇ SHO ਸੁਖਵਿੰਦਰ ਸਿੰਘ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਸੰਤੋਖਪਾਲ ਸਿੰਘ ਜੋ ਕਿ ਹੋਮਗਾਰਡ ਦਾ ਜਵਾਨ ਹੈ ਅਤੇ ਪਿਛਲੇ ਕਾਫੀ ਸਮੇਂ ਤੋਂ BJP ਲੀਡਰ ਬਲਵਿੰਦਰ ਬੱਬਾ ਦੇ ਨਾਲ ਡਿਊਟੀ ਕਰ ਰਿਹਾ ਸੀਗਾ ਤੇ ਅੱਜ ਸਵੇਰੇ ਉਹਨਾਂ ਨੂੰ 11:15 ਵਜੇ ਸੂਚਨਾ ਮਿਲੀ ਕਿ ਹੋਮਗਾਰਡ ਨੇ ਆਪਣੀ ਹੀ ਗਨ ਦੇ ਨਾਲ ਗੋਲੀ ਚਲਾ ਕੇ ਖੁਦਕੁਸ਼ੀ ਕਰ ਲਿੱਤੀ ਹੈ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅੰਮ੍ਰਿਤਸਰ ਦਾ ਇਹ ਰਹਿਣ ਵਾਲਾ ਸੀ ਅਤੇ ਇਸਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ। ਹਾਲਾਂਕਿ ਕਿਸ ਵਜੋਂ ਉਸਨੇ ਇਹ ਖੁਦਕੁਸ਼ੀ ਕੀਤੀ ਹੈ, ਆਖਿਰ ਕੀ ਮਜਬੂਰੀ ਸੀ, ਇਸਦਾ ਖੁਲਾਸਾ ਨਹੀਂ ਹੋਇਆ। ਫਿਲਹਾਲ ਦੱਸਿਆ ਜਾ ਰਿਹਾ ਕਿ 40 ਤੋਂ 42 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਤੇ ਪਰਿਵਾਰ ਦੇ ਮੈਂਬਰਾਂ ਤੋਂ ਆਉਣ ਤੋਂ ਬਾਅਦ ਹੀ ਕੁਝ ਜਾਣਕਾਰੀ ਸਾਹਮਣੇ ਆਵੇਗੀ। ਅੱਜ ਸਾਨੂੰ ਨਾ 11:15 ਇਨਫੋਰਮੇਸ਼ਨ ਆਈ ਹੈ ਵੀ ਕੋਈ ਪੁਲਿਸ ਦਾ ਜਵਾਨ ਗੋਲਬਾਗ ਵਿੱਚ ਜਿਹਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਆ ਅਤੇ ਉਹਨੇ ਖੁਦਕੁਸ਼ੀ ਕਰ ਲਈ ਆ। ਅਸੀਂ ਫਿਰ ਮੌਕੇ 'ਤੇ ਪਹੁੰਚੇ ਹਾਂ, ਜਿਹਦਾ ਅਸੀਂ ਆ ਕੇ ਵੈਰੀਫਾਈ ਕੀਤਾ, ਇਹ ਸਾਡੇ ਹੋਮਗਾਰਡ ਦਾ ਜਵਾਨ ਆ ਜੀ ਸੰਤੋਖਪਾਲ, ਅਤੇ ਬਾਕੀ ਅਸੀਂ ਵੈਰੀਫਾਈ ਕਰਨ ਡੇ ਹੁਣ ਕੀ ਗੱਲਬਾਤ ਹੈ। ਇਹਨੇ ਅੱਜ 11:15 ਆਪਣੇ ਆਪ ਨੂੰ ਕੇ ਇੱਥੇ ਅਤੇ ਆਪਣੇ ਜਿਹੜਾ ਹਥਿਆਰ ਇਸ਼ੂ ਹੈ ਸਰਕਾਰੀ ਉਹਦੇ ਨਾਲ ਗੋਲੀ ਮਾਰੀ ਇਹਨੇ। ਇਹ ਲੋਕਲ ਅੰਮ੍ਰਿਤਸਰ ਦਾ ਰਹਿਣ ਵਾਲਾ ਜੀ, ਡਿਊਟੀ ਕਿੱਥੇ ਕਰਦੇ ਸੀ? ਇਹ ਡਿਊਟੀ ਗਨਮੈਨ ਹੈ ਜੀ, ਇੱਥੇ BJP ਨੇ ਬਲਵਿੰਦਰ ਬੱਬਾ ਉਹਨਾਂ ਦੇ ਨਾਲ ਸੀ। ਕੋਈ ਪਤਾ ਲੱਗਾ ਕੋਈ ਪਰਿਵਾਰਕ ਮੈਂਬਰ ਇਹਨਾਂ ਦੇ ਆਏ? ਹਾਂ, ਇਹਦੀ ਸਿਸਟਰ ਨੂੰ ਨੋਟ ਕਰਾਇਆ, ਜਲੰਧਰ ਤੋਂ ਉਹ ਆ ਰਿਹਾ, ਉਹ ਜਦੋਂ ਆਉਣਗੇ ਫਿਰ ਉਹਨਾਂ ਨਾਲ ਗੱਲਬਾਤ ਕਰਕੇ ਜੁੱਪਣ ਦੀ ਕਾਰਵਾਈ ਕਰਾਂਗੇ ਜੀ। ਇਹ ਕਿੰਨੇ ਵਜੇ ਦਾ ਟਾਈਮ ਸੀ? ਇਹ 10:30 ਦੀ 11:15 ਦੀ ਗੱਲ ਹੈ। ਕੋਈ ਇੱਥੇ ਕੋਈ ਹੋਰ ਆਲੇ ਦੁਆਲੇ ਕਿਸੇ ਨੇ ਨਹੀਂ ਵੇਖਿਆ? ਨਹੀਂ, ਵੇਖਿਆ ਹੋਊਗਾ ਤਾਂ ਹੀ ਸਾਨੂੰ ਇਨਫੋਰਮੇਸ਼ਨ ਆਈ ਹੈ ਨਾ ਜੀ। ਇਸ ਸੈਰ ਕਰਨ ਵਾਲੇ ਤਾਂ ਬਸੇਰੇ ਆ। ਕੀ ਲੱਗਦਾ ਕਿ ਕਿਉਂ ਇਹਨੇ ਸੁਸਾਈਡ ਕੀਤਾ, ਕੀ ਕਾਰਨ ਲੱਗਦਾ? ਇਹ ਹੁਣ ਇਹਦੇ ਫੈਮਿਲੀ ਮੈਂਬਰ ਆਉਣਗੇ, ਉਹ ਦੱਸਣਗੇ, ਉਹ ਉਹਨਾਂ ਦੇ ਪੁੱਛਣ ਤੋਂ ਹੀ ਪਤਾ ਲੱਗੂਗਾ ਨਾ ਵੀ ਇਹਨੂੰ ਕੋਈ ਸਟ੍ਰੈਸ ਸੀ, ਕੋਈ ਪ੍ਰੋਬਲਮ ਸੀ, ਕੀ ਚੱਕਰ ਸੀ। ਕਿੰਨੀ ਉਮਰ ਸੀ ਜੀ? ਉਮਰ ਇਹਦੀ ਮੇਰਾ ਖਿਆਲ 42 ਸਾਲ ਹੋਣੀ।